ਹਾਂ ਹਾਂਜੀ ਅੱਜ ਫੇਰ ਜੀ ਆਇਆਂ ਨੂੰ ਆਪਣੀ ਏਜਡ ਏਜਿੰਗ ਉਮਰ ਤੇ ਬੁਢੇਪੇ ਬਾਰੇ ਗੱਲਬਾਤ ਨੂੰ ਅੱਗੇ ਵਧਾਈਏ ਚੱਲੂ ਰੱਖੀਏ ਕਿ ਅਸੀਂ ਬੜਾ ਕੁਝ ਕਵਰ ਕਰ ਚੁੱਕੇ ਹਾਂ ਅੱਜ 12ਵਾਂ ਸਾਡਾ ਆਪਸ ਵਿੱਚ ਸੈਸ਼ਨ ਹੈ ਇਹ ਵੀ ਸਮਝ ਆਈ ਹੈ ਕਿ ਬੁਢੇਪਾ ਵੀ ਉਮਰ ਸੀਮਤ ਕਿਉਂ ਹੈ ਬੁਢੇਪਾ ਕਿਵੇਂ ਆਂਦਾ ਵੈ ਕਿਉਂ ਆਂਦਾ ਹੈ ਉਹਦੇ ਵਿੱਚ ਤਬਦੀਲੀਆਂ ਕਿਉਂ ਆਉਂਦੀਆਂ ਨੇ ਤੇ ਉਹ ਕਾਫੀ ਹੱਦ ਤੱਕ ਇਸ ਗੱਲ ਨੂੰ ਐਕਸਪਲੇਨ ਕਰਦੀ ਹੈ ਕਿ ਵੀ ਸਾਨੂੰ ਫਿਰ ਆਪਣੇ ਆਪ ਨੂੰ ਬੁੱਢਾ ਸਵੀਕਾਰ ਕਰਨਾ ਕਿਉਂ ਮੁਸ਼ਕਲ ਲੱਗਦਾ ਹੈ ਸਾਨੂੰ ਜੇ ਕੋਈ ਬੁੱਢਾ ਕੈਦ ਹੋਵੇ ਤੇ ਅਸੀਂ ਕਿਉਂ ਰਿਐਕਟ ਕਰਦੇ ਆ ਤੇ ਉਹਦੇ ਮੈਂ ਕੋਸ਼ਿਸ਼ ਤੇ ਇਹ ਵੀ ਕੀਤੀ ਕਿ ਸਮਾਜਿਕ ਰੂਪ ਦੇ ਵਿੱਚ ਸਾਈਕਲੋਜੀਕਲ ਰੂਪ ਚ ਬੁਢੇਪੇ ਨਾਲ ਜੁੜੀਆਂ ਹੋਈਆਂ ਚੰਗੀਆਂ ਗੱਲਾਂ ਵੀ ਲੱਭਾਂ ਕਿਉਂਕਿ ਮੈਨੂੰ ਕਾਫੀ ਲੱਗਦਾ ਕਿ ਮੈਨੂੰ ਆਪਣੇ ਬੁਢੇਪੇ ਦੇ ਵਿੱਚ ਕਾਫੀ ਪ੍ਰਸੰਨਤਾ ਹੈ ਸੰਤੋਸ਼ ਹੈ ਪਰ ਉਹ ਉਹ ਗੱਲਾਂ ਦੇ ਵਿੱਚ ਜਿਹੜੇ ਚੰਗੇ ਮੇਰੇ ਗੁਣ ਨੇ ਉਹ ਸਮਾਜ ਉੱਤੇ ਡਿਪੈਂਡ ਕਰਦੇ ਨੇ ਇਵਨ ਮੇਰੀ ਜਿਹੜੀ ਫ੍ਰੀडम ਦੀ ਗੱਲ ਹੋਈ ਕਿ ਉਹ ਸਮਾਜ ਉੱਤੇ ਬੜਾ ਕੁਝ ਡਿਪੈਂਡ ਕਰਦਾ ਹੈ ਕਿ ਵੀ ਮੈਨੂੰ ਜਿਹੜੀ ਆਜ਼ਾਦੀ ਹੈ ਉਹ ਮੰਨਣ ਦਾ ਹੱਕ ਵੀ ਹੈ ਕਿ ਨਹੀਂ ਪਰ ਉਹਦੇ ਕਾਰਨ ਕੀ ਹੁੰਦੇ ਨੇ ਉਹ ਸਿਰਫ ਇਹ ਨਹੀਂ ਹੁੰਦਾ ਕਿ ਸਮਾਜ ਸਾਡੇ ਨਾਲ ਜ਼ਿਆਦਤੀ ਕਰ ਰਿਹਾ ਜਾਂ ਸਾਡੇ ਅਗਲੀ ਜਨਰੇਸ਼ਨ ਦੇ ਲੋਕੀ ਜ਼ਿਆਦਤੀ ਕਰ ਰਹੇ ਨੇ ਉਹ ਕਈ ਵਾਰ ਆਪਣੀਆਂ ਕੀਤੀਆਂ ਵੀ ਭੁਗਤਣੀਆਂ ਪੈਂਦੀਆਂ ਨੇ ਹਾਂਜੀ ਕਿ ਅਸੀਂ ਜਦੋਂ ਜਿਵੇਂ ਅਫਸਰਾਂ ਵਿੱਚ ਪ੍ਰੋਫੈਸਰਾਂ ਵਿੱਚ ਬੜਾ ਆਮ ਦੇਖਿਆ ਗਿਆ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਡਿਪਰੈਸ਼ਨ ਆਉਂਦਾ ਕਿਉਂਕਿ ਉਹਨਾਂ ਦੀ ਬੁੱਕਤ ਹੀ ਖਤਮ ਹੋ ਜਾਂਦੀ ਹੈ ਉਹਨਾਂ ਨੂੰ ਕੋਈ ਸਲਾਮ ਵੀ ਨਹੀਂ ਕਰਦਾ ਹਾਂਜੀ ਤੇ ਮੇਰੇ ਆਪਣੇ ਟੀਚਰਜ਼ ਵੱਡੇ ਕਿ ਬੀਜੇ ਜਦੋਂ ਫਿਰ ਉਹ ਰਿਟਾਇਰ ਹੋਏ ਨੇ ਤੇ ਉਹਨਾਂ ਨੂੰ ਕੋਈ ਪਛਾਣਨ ਦਾ ਵੀ ਨਹੀਂ ਪਰ ਉਹ ਭੁੱਲ ਜਾਂਦੇ ਨੇ ਕਿ ਜਦੋਂ ਮਾਰਾ ਤੁਸੀਂ ਪਾਵਰ 'ਚ ਸੋ ਉਦੋਂ ਤੁਸੀਂ ਦੂਜਿਆਂ ਨਾਲ ਫਿਰ ਕਿਵੇਂ ਕੀਤਾ ਉਹ ਜਿਹੜੇ ਪੁਰਾਣਾ ਇੰਗਲਿਸ਼ ਮੁਹਾਵਰਾ ਹੈਗਾ ਨਾ ਕਿ ਵੈਨ ਰਿਮੈਂਬਰ ਦੋਜ਼ ਹੂਮ ਯੂ ਮੀਟ ਓਨ ਯੋਰ ਵੇ ਅਪ ਬਿਕਾਉਜ਼ ਦੋਜ਼ ਆਰ ਦ ਸੇਮ ਯੂ ਵਿਲ ਮੀਟ ਵੈਨ ਯੂ ਆਰ ਯੂ ਆਨ ਯੋਰ ਵੇ ਡਾਊਨ ਸੋ ਉਹ ਕਈ ਵਾਰ ਭੁੱਲ ਜਾਂਦਾ ਸੋ ਸਮਾਜਿਕ ਰੂਪ 'ਚ ਘਰੇਲੂ ਮਾਮਲੇ 'ਚ ਵੀ ਇਹੀ ਹੁੰਦਾ ਕਿ ਕਈ ਵਾਰ ਅਸੀਂ ਕੰਨ ਨਹੀਂ ਆਉ ਮੇਰੇ ਨਾਲ ਦੀ ਅਗਲੀ ਜਨਰੇਸ਼ਨ ਨੇ ਮੇਰੀ ਬਦਤਮੀਜੀ ਕਰਦੇ ਨੇ ਮੇਰੇ ਤੇ ਗਾਲ੍ਹਾਂ ਕੱਢਦੇ ਨੇ ਮੇਰੇ ਉਹਦੇ ਵਿੱਚ ਭੁੱਲ ਜਾਈਦਾ ਹੈ ਕਈ ਵਾਰੀ ਕਿ ਅਸੀਂ ਤੇ ਨਹੀਂ ਕੁਝ ਇਹੋ ਜਿਹਾ ਕੀਤਾ ਹੋਇਆ ਹਾਂ ਇਕਨੋਮਿਕ ਰੀਜ਼ਨਸ ਵੀ ਹੋ ਸਕਦੇ ਨੇ ਜਾਂ ਇਹ ਵੀ ਹੋ ਸਕਦਾ ਕਿ ਕੋਈ ਅਗਲੀ ਜਨਰੇਸ਼ਨ ਦੇ ਬੰਦੇ ਜਾਂ ਤੁਹਾਡਾ ਅੰਡੀ ਗਵੰਡੀ ਜਿਹੜਾ ਤੁਹਾਡੇ ਨਾਲ ਬਦਤਮੀਜੀ ਕਰਦਾ ਉਹ ਆਪ ਹੋਵੇ ਹੀ ਈਵਲ ਪਰ ਕਈ ਵਾਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਕਿ ਅਸੀਂ ਭੁੱਲ ਗਏ ਹੁੰਨੇ ਆ ਕਿ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਵੇਲਿਆਂ 'ਚ ਉਹਨਾਂ ਨੂੰ ਬਚਪਨ ਦੇ ਵੇਲੇ ਉਹਨਾਂ ਨੂੰ ਕੀ ਕੋਈ ਇਹੋ ਜਿਹੀ ਗੱਲਾਂ ਕਹਿਤ ਨਹੀਂ ਰਹੀਆਂ ਇੱਕ ਵਾਰੀ ਜਾਂ ਕਈ ਵਾਰੀ ਜਿਹੜੀਆਂ ਆਪਣੇ ਵੱਲੋਂ ਅਸੀਂ ਸਹਿਸ ਸੁਪਾਏ ਕਈਆਂ ਹੋਣ ਹਾਂਜੀ ਜੇ ਮੈਂ ਆਪਣੇ ਪੁੱਤਰ ਨੂੰ ਜਦੋਂ 10-12 ਸਾਲ ਦੀ ਉਮਰ ਦੇ ਵਿੱਚ ਐਕਟਰ ਬਣਨ ਦੇ ਲਈ ਸ਼ੌਕੀਨ ਹੋਇਆ ਜਿਹੜਾ ਕਿ ਹਿੰਦੁਸਤਾਨੀਆਂ ਨੂੰ ਕਦੇ ਸਮਝ ਨਹੀਂ ਸੀ ਆਂਦੀ ਕਿ ਇਹ ਸਾਇੰਸ ਦਾ ਪੁੱਤਰ ਐਕਟਰ ਕਿਉਂ ਬਣਨਾ ਚਾਹੁੰਦਾ ਤੇ ਜੇ ਮੈਂ ਆਪਣੇ ਕਿਸੇ ਗੁੱਸੇ ਵਿੱਚ ਜਾਂ ਕਿਸੇ ਚੀਜ਼ ਜੇ ਮੈਂ ਇੱਕ ਵਾਰ ਵੀ ਜ਼ਿੰਦਗੀ 'ਚ ਕਹਿ ਦਿੱਤਾ ਹੁੰਦਾ ਨਾ ਜਾਂ ਕਿਹਾ ਕਿ ਨਾ ਅਕਲ ਨਾ ਸ਼ਕਲ ਵੱਡੀ ਐਕਟਰ ਬਣਨਾ ਉਹ ਫਿਰ 35 ਸਾਲ ਦੀ ਉਮਰ 'ਚ ਵੀ ਜਾ ਕੇ ਫਿਰ ਮਾਰ-ਮਾਰ ਕੇ ਤੁਹਾਨੂੰ ਉਹਦਾ ਜਿਤਾਉਂਦੇ ਨੇ ਹਾਂਜੀ ਕਿ ਉਹਨਾਂ ਦੇ ਰਿਸ਼ਤੇ ਵੀ ਟੁੱਟ ਜਾਂਦੇ ਨੇ ਸੋ ਸਾਨੂੰ ਆਪਣੇ ਅੰਤਰਮੁਖੀ ਵੀ ਹੋਣਾ ਪੈਣਾ ਹੈ ਕਿ ਅਸੀਂ ਕਿਸੇ ਨੂੰ ਕੋਈ ਇਹੋ ਜਿਹੀਆਂ ਚੀਜ਼ਾਂ ਕਹੀਆਂ ਜਿਹੜੀਆਂ ਅਸੀਂ ਬਾਤ ਸਿਰਫ ਆਪਣੇ ਬੁਢੇਪੇ ਦੇ ਹੱਕ ਮੰਨ ਕੇ ਮੈਂ ਵੱਡਾ ਹੁਣ ਤੂੰ ਮੇਰੇ ਨਾਲ ਉਨੀ ਹੀ ਇੱਜ਼ਤ ਕਰ ਨਹੀਂ ਜੀ ਨਹੀਂ ਅੱਜ ਦੇ ਜ਼ਮਾਨੇ ਵਿੱਚ ਇੱਜ਼ਤ ਦੇਣੀ ਤੇ ਇੱਜ਼ਤ ਲੈਣੀ ਇਕੁਅਲ ਸਾਡੀ ਰਿਸਪੌਂਸਿਬਿਲਟੀ ਹੈ ਜੇ ਅਸੀਂ ਦੂਜਿਆਂ ਦੀ ਆਜ਼ਾਦੀ ਉਹਨਾਂ ਦੇ ਬਚਪਨ ਦੇ ਵਿੱਚ ਉਹਨਾਂ ਦੀ ਆਜ਼ਾਦੀ ਸੋਚਣ ਦੀ ਪਹਿਨਣ ਦੀ ਖਾਣ ਦੀ ਇਸ਼ਕ ਦੀ ਆ ਖੋਈ ਹੈ ਨਾ ਤੇ ਫਿਰ ਉਹ ਭੁਗਤ ਨਹੀਂ ਪੈਣੀ ਆ ਆਪਣੇ ਜਿਹੜੇ ਵੀ ਕਰਨ ਹੋਂ ਪਰ ਚਲੋ ਉਹਦੇ ਸਾਰੀਆਂ ਗੱਲਾਂ ਕਰਕੇ ਡਰ ਤੇ ਬੜਾ ਲੱਗਦਾ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਬੁਢੇਪਾ ਥੋੜਾ ਚੰਗਾ ਹੋਵੇ ਤੇ ਉਹੀ ਫਿਰ ਮੈਂ ਸਵਾਲ ਪੁੱਛਿਆ ਸੀ ਕਿ ਚੰਗਾ ਕਿਹੜੇ ਪੱਖੋਂ ਉਹ ਮੈਨੂੰ ਕਈ ਦੋਸਤਾਂ ਦੇ ਆਏ ਨੇ ਜਵਾਬ ਕਿ ਵੀ ਇਸ ਬਾਰੇ ਨਹੀਂ ਕੋਈ ਖਾਸ ਵੈਸੇ ਜਵਾਬ ਹੈ ਕਿ ਕਿੰਨਾ ਜਿਉਣਾ ਚਾਹੁੰਦੇ ਨੇ 100 ਸਾਲ 500 ਸਾਲ 1000 ਸਾਲ ਇੱਕ ਕਾਮਨ ਫੈਕਟਰ ਇਹ ਜ਼ਰੂਰ ਆਇਆ ਕਿ ਸਿਹਤਮੰਦ ਬੁਢੇਪਾ ਜੇ ਹੋਵੇ ਜੇ ਸਿਹਤ ਕਾਇਮ ਰਵੇ ਤੇ ਫਿਰ ਉਮਰ ਦੀ ਲੰਬਾਈ ਦੇ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਇਹ ਵੈਸੇ ਹੈ ਇਹ ਸਾਇੰਟਿਫਿਕ ਕਨਸੈਪਟ ਵੀ ਆਪਣੇ ਆਪ ਚ ਕਦਸਰਫ ਬਿਮਾਰੀਆਂ ਦੇ ਇਲਾਜ ਕਰਨ ਦੇ ਨਾਲ ਉਮਰ ਦੇ ਉੱਤੇ ਇੱਕ ਫਰਕ ਕਿੰਨਾ ਕੁ ਪੈਂਦਾ ਹੈ ਸਾਡੇ ਵਿਸ਼ੇ ਵਿੱਚ ਏਜਿੰਗ ਦੇ ਵਿੱਚ ਇਹ ਰਿਸਰਚ ਹੋਈ ਹੋਈ ਹੈ ਕਿ ਜੇ ਈਵਨ ਜਿਹੜੀਆਂ ਸੱਤ ਵੱਡੀਆਂ ਬਿਮਾਰੀਆਂ ਨੇ ਨਾ ਜਿਹੜੀਆਂ ਬੁਢੇਪੇ ਦੇ ਵਿੱਚ ਸਾਨੂੰ ਅਲਟੀਮੇਟਲੀ ਜਿਹਦੇ ਕਰਕੇ ਅਸੀਂ ਮਰਦੇ ਹਾਂ ਐਲਜ਼ਾਈਮਰ ਪਾਰਕਿੰਸਨ ਡਾਇਬੀਟਸ ਓਸਟੀਓਪੋਰੋਸਿਸ ਸਰਕੋਪੀਨੀਆ ਹਾਂਜੀ ਇਹ ਸਾਰੀਆਂ ਵੀ ਜੇ ਹੁਣ ਖਤਮ ਕਰ ਦਿੱਤੀਆਂ ਜਾਣ ਨਾ ਤੇ ਪਾਪੂਲੇਸ਼ਨ ਲੈਵਲ ਤੇ ਉਹ 7 ਕ ਸਾਲ ਉਮਰ ਐਡ ਕਰੇਗੀ ਹੋਰ ਇਹ ਲਗਦੀ ਹੈ ਅਜੀਬ ਗੱਲ ਹੈ ਕਿਉਂਕਿ ਇੰਡੀਵਿਜੂਅਲ ਦੇ ਰੂਪ ਚ ਜੇ ਮੇਰੇ ਹਾਰਟ ਦੀ ਡਿਜ਼ੀਜ਼ ਦਾ ਸਮਾਧਾਨ ਹੋ ਜਵੇ ਤੇ ਹੋ ਸਕਦਾ ਮੈਨੂੰ 20-25 ਸਾਲ ਜ਼ਿੰਦਗੀ ਤੇ ਮਿਲ ਜਾਣ ਹਾਂਜੀ ਜੇ ਮੇਰੇ ਡਿਮੈਂਸ਼ੀਆ ਦਾ ਪ੍ਰੋਬਲਮ ਸੋਲਵ ਹੋ ਜਾਏ ਤੇ ਮੈਨੂੰ ਹੋ ਸਕਦਾ 15-20 ਸਾਲ ਦੀ ਕੁਆਲਿਟੀ ਆਫ ਲਾਈਫ ਮਿਲ ਜਾਏ ਪਰ ਉਹ ਕਈ ਵਾਰ ਪੋਪੂਲੇਸ਼ਨ ਲੈਵਲ ਤੇ ਇਹਨੂੰ ਜਦੋਂ ਕੈਲਕੂਲੇਟ ਕੀਤਾ ਜਾਂਦਾ ਨਾ ਕਿ ਜਿਵੇਂ ਇਨਫੈਕਸ਼ੀਅਸ ਡਿਜ਼ੀਜ਼ ਜਦੋਂ ਇਲਾਜ ਹੋਇਆ ਜਾਂ ਸਾਫ਼ ਪਾਣੀ ਮਿਲਣਾ ਸ਼ੁਰੂ ਹੋਇਆ ਉਹਦੇ ਨਾਲ ਜਿਹੜੀ ਸਾਡੀ ਮਨੁੱਖੀ ਉਮਰ ਵਧੀ ਹੈ ਕਿ ਜਿਹੜੀ ਐਵਰੇਜ 40 ਸਾਲ ਹੁੰਦੀ ਸੀ 50 ਹੁੰਦੀ ਸੀ ਉਹ ਪੱਛਮੀ ਦੇਸ਼ਾਂ 'ਚ 80 ਦੇ ਪੁੱਜੀ ਹੋਈ ਹੈ ਹਾਲੀ ਵੀ ਬੜੇ ਦੇਸ਼ ਨੇ ਜਿੱਥੇ ਹਾਲੀ 40 45 ਸਾਲ ਹੀ ਹੈ ਹਿੰਦੁਸਤਾਨ 'ਚ 60 ਕ ਸਾਲ ਹੀ ਹੈ ਹਾਂਜੀ ਉਹਦਾ ਕਾਰਨ ਇਹੀ ਹੈ ਕਿ ਹਾਲੀ ਸਾਡੀਆਂ ਉਹੀ ਨਹੀਂ ਪ੍ਰੋਬਲਮਸ ਸੋਲਵ ਹੋਈਆਂ ਸੋ ਉਮਰ ਦੀ ਲੰਬਾਈ ਤੇ ਸਿਹਤ ਦੀ ਲੰਬਾਈ ਲਾਈਫਸਪੈਨ ਤੇ ਹੈਲਥ ਸਪੈਨ ਇਹਦਾ ਬੜਾ ਆਪਸ ਚ ਰਿਲੇਸ਼ਨਸ਼ਿਪ ਹੈ ਸੋ ਜਿਆਦਾ ਹੁੰਗਾਰਾ ਇਹੀ ਮਿਲਿਆ ਹੈ ਕਿ ਸਾਨੂੰ ਸਿਹਤਮੰਦ ਰੱਖਣ ਦੇ ਲਈ ਕੀ ਤਰੀਕੇ ਅਪਣਾਣੇ ਚਾਹੀਦੇ ਨੇ ਉਹਦੇ ਵਿੱਚ ਫਿਰ ਇਹ ਆ ਜਾਂਦਾ ਕਿ ਸਿਹਤਮੰਦ ਰੱਖਣ ਲਈ ਸਾਨੂੰ ਪਹਿਲੇ ਸਮਝਣਾ ਪੈਣਾ ਹੈ ਕਿ ਸਿਹਤ ਅਸੀਂ ਕਹਿੰਦੇ ਕਿੰਨੂ ਆ ਹੈਲਥ ਅਸੀਂ ਕਹਿੰਦੇ ਕਿੰਨੂ ਕਿਉਂਕਿ ਬੜੇ ਮਾਮਲਿਆਂ ਵਿੱਚ ਨਾ ਹੈਲਥ ਸਾਨੂੰ ਪਤਾ ਤੇ ਹੈ ਕਿ ਜਦੋਂ ਅਸੀਂ ਕਿਸੇ ਨੂੰ ਮਿਲਦੇ ਆ ਤੇ ਉਹਨੂੰ ਉਹ ਅਸੀਂ ਦੇਖ ਕੇ ਹੀ ਕਹਿ ਦਿੰਦੇ ਹੁੰਦੇ ਆ ਕਿ ਹਾਂ ਭਈ ਕੁਝ ਅੱਜ ਤੂੰ ਕੋਈ ਠੀਕ ਨਹੀਂ ਲੱਗ ਰਿਹਾ ਪਰ ਜੇ ਅਸੀਂ ਉਹਦੇ ਬਾਰੇ ਗੱਲ ਕਰਦੇ ਆ ਕੀ ਨਹੀਂ ਠੀਕ ਲੱਗ ਰਿਹਾ ਤਾਂ ਆਮ ਤੌਰ ਤੇ ਗੱਲ ਸੱਚੀ ਵੀ ਹੁੰਦੀ ਹੈ ਕਿ ਹਾਂ ਜੋ ਠੀਕ ਨਹੀਂ ਲੱਗ ਰਿਹਾ ਸ਼ਾਇਦ ਉਹਨੂੰ ਕੋਈ ਬਿਮਾਰੀ ਹੁੰਦੀ ਹੈ ਕਈ ਵਾਰ ਮਾਨਸਿਕ ਕੋਈ ਟੈਨਸ਼ਨ ਚੱਲ ਰਹੀ ਹੁੰਦੀ ਹੈ ਜਾਂ ਕੋਈ ਸਰੀਰਕ ਬਿਮਾਰੀ ਹੁੰਦੀ ਹੈ ਪਰ ਉਹਦੇ ਲਈ ਸਾਨੂੰ ਸੁਣਨਾ ਦੂਜੇ ਨੂੰ ਵੀ ਪੈਂਦਾ ਕਿ ਜੇ ਰੋਤੇ ਬੰਦਾ ਕਹਿੰਦਾ ਹੈ ਨਾ ਕਿ ਹਾਂ ਮੈਂ ਠੀਕ ਹਾਂ ਉਹ ਕਈ ਮਾਮਲਿਆਂ 'ਚ ਹਾਂ ਉਹ ਠੀਕ ਹੁੰਦਾ ਹੈ ਇਹਦੀ ਵੀ ਬੜੀ ਜ਼ਬਰਦਸਤ ਰਿਸਰਚ ਹੋਈ ਹੈ ਜਿਹੜੀ ਮੇਰੀ ਆਪਣੀ ਲੈਬੋ੍ਰਟਰੀ 'ਚ ਵੀ ਹੋਈ ਹੈ ਕਿ ਜਦੋਂ ਅਸੀਂ ਕੋਸ਼ਿਸ਼ ਕੀਤੀ ਉਹ ਜੀਨਸ ਲੱਭਣ ਦੀ ਕਿ ਵੀ ਕਿਹੜੇ ਜੀਨਸ ਨੇ ਜਿਹੜੇ 90 ਸਾਲ ਤੋਂ ਵੱਧ ਵਾਲੇ ਲੋਕਾਂ ਚ ਜ਼ਿਆਦਾ ਹੁੰਦੇ ਨੇ ਤੇ ਮੇਰਾ ਸਾਰਾ ਕੰਮ ਚੱਲ ਰਿਹਾ ਸੀ ਸਟ्रेस ਰਿਸਪੌਂਸ ਤੇ ਕਿ ਅਸੀਂ ਜਦੋਂ ਸਾਨੂੰ ਸਟ्रेस ਆਉਂਦੀ ਹੈ ਉਹਨੂੰ ਹੈਂਡਲ ਕਿਵੇਂ ਕਰਦੇ ਆ ਤੇ ਉਹ ਪੀ ਐਚ ਡੀ ਦਾ ਪ੍ਰੋਜੈਕਟ ਸੀ ਇੱਕ ਹਿੰਦੁਸਤਾਨੀ ਬੱਚਾ ਸੀ ਜਿਹੜਾ ਹੁਣ ਡਾਕਟਰ ਰਿਪਦਮਨ ਸਿੰਘ ਉਥੋਂ ਜਲੰਧਰ ਤੋਂ ਆਇਆ ਸੀ ਮੇਰੇ ਕੋਲ ਪੜ੍ਹਨ ਤੇ ਉਹਦੀ ਇਹੀ ਰਿਸਰਚ ਨੇ ਸ਼ੋਅ ਕੀਤਾ ਕਿ ਅਸੀਂ ਜੀਨ ਤੇ ਕੁਝ ਲੱਭੇ ਪਰ ਫੇਰ ਲੱਭਿਆ ਕਿ ਉਹਨਾਂ ਜੀਨਾਂ ਦਾ ਅਸਰ ਕਿਤੇ ਤੇ ਪੈਂਦਾ ਹੈ ਕਿ ਕਿ ਕਿਸੇ ਹੋਰ ਕੈਮੀਕਲ ਦੇ ਉੱਤੇ ਪੈਂਦਾ ਵਾ ਜਾਂ ਕਿਸੇ ਸੁਭਾਅ ਤੇ ਪੈਂਦਾ ਤੇ ਬੜੀ ਇੰਟਰਸਟਿੰਗ ਰਿਸਰਚ ਸਾਡੀ ਵੀ ਤੇ ਹੋਰ ਵੀ ਕਈ ਸਾਇੰਸਤਾਨਾਂ ਦੀ ਇਹ ਆਈ ਕਿ ਜਿਹੜੇ ਲੋਕੀ ਆਪਣੇ ਆਪ ਨੂੰ ਕਹਿੰਦੇ ਨੇ ਨਾ ਕਿ ਵੀ ਮੇਰੀ ਸਿਹਤ ਠੀਕ ਹੈ ਉਹ ਵਾਕਈ ਦੂਜਿਆਂ ਨਾਲੋਂ ਜ਼ਿਆਦਾ ਲੰਬੀ ਉਮਰ ਜੀਉਂਦੇ ਕਿ ਰਿਪੋਡਮਨ ਦੀ ਇਸ ਸਟੱਡੀ ਵਿੱਚ ਵੀ ਇਹੀ ਆਇਆ ਕਿ 90 ਸਾਲ ਤੋਂ ਵੱਧ ਵਾਲੇ ਲੋਕੀ ਜਿਨ੍ਹਾਂ ਦੇ ਵਿੱਚੋਂ ਜੀਨ ਹੈਗੇ ਸੀ ਕਿ ਨਹੀਂ ਸੀ ਹੈਗੇ ਜਦੋਂ ਉਹਨਾਂ ਦੇ ਵਿੱਚੋਂ ਉਹ ਲੋਕਾਂ ਨੂੰ ਦੇਖਿਆ ਗਿਆ ਕਿ ਜਿਹੜੇ ਕਹਿੰਦੇ ਸਿਰਕ ਨਹੀਂ ਵੀ ਮੇਰੀ ਸਿਹਤ ਠੀਕ ਨਹੀਂ ਹੈ ਤੇ ਦੂਜੇ ਜਿਹੜੇ ਕਹਿੰਦੇ ਸੀ ਕਿ ਨਹੀਂ ਮੈਂ ਬੜਾ ਚੜ੍ਹਦੀ ਕਲਾ ਚਾ ਮੇਰੀ ਸਿਹਤ ਠੀਕ ਹੈ ਉਹ ਅਗਲੇ ਦਸਾਂ ਸਾਲਾਂ ਦੀ ਉਹਨਾਂ ਦੀ ਫਾਲੋ ਅਪ ਸਟਡੀ ਦੇ ਵਿੱਚ ਇਹੀ ਪਤਾ ਲੱਗਾ ਕਿ ਜਿਹੜੇ ਚੜ੍ਹਦੀ ਕਲਾ ਵਾਲੇ ਸਨ ਨਾ ਉਹ ਜ਼ਿਆਦਾ ਜੂਬਰੇ ਸਰ ਇਹ ਨਹੀਂ ਕਿ ਉਹਨਾਂ 'ਚ ਕੋਈ ਮੌਤਾਂ ਨਹੀਂ ਹੋਈਆਂ ਪਰ ਇਹ ਹਮੇਸ਼ਾ ਸਾਇੰਸ ਦੇ ਵਿੱਚ ਨੰਬਰਸ ਦੀ ਸਟੈਟਿਸਟਿਕਸ ਦੀ ਗੱਲ ਹੁੰਦੀ ਹੈ ਕਿ ਉਹਨਾਂ ਦੀ ਲਾਈਫ ਸਪੈਨ ਦੂਜਿਆਂ ਨਾਲੋਂ ਜ਼ਿਆਦਾ ਸੀ ਸੋ ਇਸ ਚੀਜ਼ ਦੇ ਉੱਤੇ ਵਿਸ਼ਵਾਸ ਕਰਨਾ ਕਿ ਜਿਹੜਾ ਬੰਦਾ ਦੂਜਾ ਕਹਿ ਰਿਹਾ ਨਾ ਕਿ ਮੈਂ ਚੰਗਾ ਫੀਲ ਕਰ ਰਿਹਾ ਕਿ ਨਹੀਂ ਕਰ ਰਿਹਾ ਮੈਂ ਸੇ ਇਹ ਤੁਮਨ ਲਹਾ ਕਿ ਨਹੀਂ ਆ ਉਹਦੇ ਉਹਨੂੰ ਸਾਨੂੰ ਸੁਣਨਾ ਪੈਣਾ ਇਹ ਬਾਇਓਲੋਜੀ ਮੈਡੀਕਲ ਸਾਇੰਸ ਵਾਲਿਆਂ ਨੂੰ ਬੜੀ ਦਿੱਕਤ ਆਉਂਦੀ ਹੈ ਕਿ ਜੇ ਬੰਦਾ ਕਹਿੰਦਾ ਹੈ ਕਿ ਵੀ ਮੈਂ ਮੈਨੂੰ ਇਹ ਲੱਗਦਾ ਕੁਝ ਖਰਾਬ ਹੈ ਤਾਂ ਸਾਡਾ ਨਾਰਮਲ ਡਾਕਟਰ ਦਾ ਉਹ ਕਹਿੰਦਾ ਐਵੇਂ ਟਾਈਮ ਹੀ ਵੇਸਟ ਕਰਦਾ ਬੜੇ ਟੈਸਟ ਕਰ ਲਈਦੇ ਨੇ ਤੇ ਟੈਸਟ ਕਰ ਕਰਕੇ ਵੀ ਜੇ ਕੋਈ ਨਹੀਂ ਲੱਭਦਾ ਕਿ ਤੂੰ ਤਾਂ ਠੀਕ ਠਾਕ ਹੈ ਪਰ ਬੰਦਾ ਫੇਰ ਵੀ ਖੁਸ਼ ਨਹੀਂ ਹਾਂਜੀ ਸੋ ਪਰ ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਸਾਈਕੋਲੋਜੀ ਵਾਲਿਆਂ ਨੂੰ ਆ ਗਈ ਹੋਈ ਹੈ ਗੱਲ ਸਮਝ ਕਿ ਜੇ ਕਿਸੇ ਨੂੰ ਭੂਤ ਦਿਸਦਾ ਨਾ ਤੂੰ ਉਹਨੂੰ ਇਸ ਚੱਕਰ 'ਚ ਨਾ ਪਾ ਦਿਓ ਕਿ ਨਹੀਂ ਭੂਤ ਨਹੀਂ ਹੁੰਦਾ ਉਦੋਂ ਇਹੀ ਕਰ ਸਕਦਾ ਫਿਰ ਸਮਝਾਣਾ ਪੈਂਦਾ ਕਿ ਭੂਤ ਤਾਂ ਵੀ ਤੈਨੂੰ ਦਿਸਦਾ ਹੈ ਪਰ ਹੁਣ ਇਹਦਾ ਕਰੀਏ ਕੀ ਇਸ ਟੌਪਿਕ ਤੇ ਇੱਕ ਬੜੀ ਜ਼ਬਰਦਸਤ ਫਿਲਮ ਬਣੀ ਹੋਈ ਹੈ ਹਾਲੀਵੁੱਡ ਦੀ 10 ਸਾਲ ਹੋ ਗਏ ਮੇਰੇ ਖਿਆਲ ਬਿਊਟੀਫੁਲ ਮਾਈਂਡ ਡਾਕਟਰ ਨੈਸ਼ ਇੱਕ ਫਿਜ਼ਿਕਸ ਦਾ ਨੋਬਲ ਪ੍ਰਾਈਜ਼ Winner ਹੈ ਉਸ ਬੰਦੇ ਨੂੰ ਭੂਤ ਦਿਖਦੇ ਸੀ ਹਾਂਜੀ ਮੈਥਮੈਟਿਕਸ ਦਾ ਜੀਨੀਅਸ ਸੀ ਉਹ ਫਿਰ ਸਾਈਕੋਲੋਜਿਸ ਨੇ ਉਹਨੂੰ ਇਹੀ ਸਮਝਾਇਆ ਕਿ ਭੂਤ ਨੂੰ ਅੱਗੋਂ ਹੈਂਡਲ ਕਿਵੇਂ ਕਰਨਾ ਉਹ ਫਿਰ ਫਿਲਮ ਦਿਖਾਉਂਦੀ ਹੈ ਕਿ ਉਹਨੂੰ ਤੁਰੇ ਜਾਂਦੇ ਨੂੰ ਭੂਤ ਤੇ ਹਾਲੀ ਵੀ ਦਿਸਦਾ ਪਰ ਉਹ ਭੂਤ ਨੂੰ ਫਿਰ ਕਹਿਣ ਲੱਗ ਪੈਂਦਾ ਮੈਨੂੰ ਪਤਾ ਤੂੰ ਭੂਤ ਹੈ ਬੈਠਾ ਰ ਮੈ ਬੜੀ ਇੰਟਰਸਟਿੰਗ ਪਹਿਲੇ ਤੇ ਰੈਕੋਗਨਾਈਜ਼ ਕਰਨਾ ਦੂਜੇ ਦੀ ਪ੍ਰੋਬਲਮ ਨੂੰ ਅਸੀਂ ਘਰ ਦੇ ਵਿੱਚ ਆਮ ਹੀ ਕਰ ਦਿੰਨੇ ਆ ਆਪਣੇ ਤੋਂ ਖਾਸ ਕਰਕੇ ਛੋਟਿਆਂ ਤੋਂ ਤਾਂ ਜਿਹੜੇ ਕਿ ਉਹ ਬਸ ਬਸ ਠੀਕ ਹੈ ਤੁਹਾਨੂੰ ਦੁੱਖ ਆਇਆ ਤੇਰਾ ਰਿਸ਼ਤਾ ਟੁੱਟ ਗਿਆ ਤੇਰਾ ਪੈਸਾ ਗਵਾਚ ਗਿਆ ਅੱਗੇ ਨਿਕਲੋ ਉਹ ਅੱਗੇ ਨਹੀਂ ਉਹਨੇ ਆਪਣੇ ਟਾਈਮ ਟੇਬਲ ਨਾਲ ਅੱਗੇ ਨਿਕਲਣਾ ਉਹ ਇੱਕ ਬੜਾ ਖੂਬਸੂਰਤ ਸੀਨ ਹੈ ਇੱਕ ਫਿਲਮ ਸੀ 10 ਸਾਲ ਪਹਿਲੇ ਬਾਲੀਵੁੱਡ ਦੀ ਬੰਟੀ ਐਂਡ ਬਬਲੀ ਖਿਆਦਾ ਅਭਿਜੇਕ ਬਚਨ ਤੇ ਰਾਣੀ ਮੁਖਰ ਜੀ ਉਹ ਇੱਕ ਸੀਨ ਹੈ ਕਿ ਇੱਕ ਥਾਂ ਤੇ ਬੈਠੀ ਹੈ ਬਬਲੀ ਇਹ ਦਰਿਆ ਦੇ ਕਿਨਾਰੇ ਤੇ ਉਹ ਯਾਦ ਕਰਦੀ ਪਈ ਮੈਨੂੰ ਮੰਮੀ ਪਾਪਾ ਯਾਦ ਆ ਰਹੇ ਤੇ ਭਾਈਏ ਰੋਜ਼ ਦੀ ਪਈਆਂ ਰੁੰਦੀ ਪਈ ਉਹ ਜਿਹੜਾ ਮਰਦਾ ਉਹ ਤੁਰਿਆ ਫਿਰਦਾ ਤੇ ਥੋੜੀ ਦੇਰ ਬਾਅਦ ਕਹਿੰਦਾ ਬੱਸ ਕਰ ਹੁਣ ਹੋ ਗਿਆ ਉਹ ਫਿਰ ਬੜੀ ਖਿੱਚ ਕੇ ਬੋਲੀ ਕੀ ਮਤਲਬ ਹੋ ਗਿਆ ਇੱਕ ਉਹ ਮੈਂ ਸੁਸੂ ਕਰ ਰਹੀ ਐ ਜਿਹੜੀ ਹੋ ਗਿਆ ਇਹ ਮਤਲਬ ਕਿ ਜੀ ਦੀ ਬੰਦੇ ਦੀ ਜਿਹੜਾ ਕੁਐਸਚਨ ਹੈ ਨਾ ਇਹ ਉਹ ਨਹੀਂ ਡੀਲ ਕਰਨਾ ਉਹਨੂੰ ਸੁਣੋ ਉਹਦੇ ਉਸੇ ਨੂੰ ਫਿਰ ਐਮਪੈਥੀ ਜਿਦੋਂ ਕਹੀਦਾ ਕਿ ਉਹਦਾ ਟਾਈਮ ਟੇਬਲ ਉਹਨੇ ਹੀ ਕਰਨਾ ਕਈ ਕਿਸੇ ਨੂੰ ਕਿਸੇ ਦੁੱਖ ਝੋ ਲੰਘਣ ਲਈ ਕਿਸੇ ਦਾ ਜੇ ਕੋਈ ਚੱਲ ਵਸਿਆ ਤਾਂ ਕਈ ਵਾਰ ਕਿਹਾ ਬਸ ਬੜਾ ਹੋ ਗਿਆ ਰੋਣ ਧੋਣ ਹੁਣ ਹਫਤਾ ਲੰਘ ਗਿਆ ਦੋ ਹਫਤੇ ਲੰਘ ਗਏ ਬਿਨਾਂ ਸੋ ਇੱਕ ਤਾਂ ਡਿਜ਼ੀਜ਼ ਨੂੰ ਜਾਂ ਸਿਚੁਏਸ਼ਨ ਨੂੰ ਸਾਂਭਣਾ ਪਰ ਸਿਹਤ ਦਾ ਫੈਸਲਾ ਜਿਹੜਾ ਹੁਣ ਹੈ ਨਾ ਉਹ ਆਪਣੇ ਵੱਲੋਂ ਹੀ ਹੋਣਾ ਸੋ ਪਰ ਸਾਇੰਸ ਦੀ ਗੱਲ ਹੁੰਦੀ ਹੈ ਕਿ ਸਾਇੰਸ ਵਾਲੇ ਹਰ ਚੀਜ਼ ਨੂੰ ਮਿਣਨਾ ਗਿਣਨਾ ਚਾਹੁੰਦੇ ਕਿਉਂਕਿ ਅਸੀਂ ਸਿਰਫ ਇਹ ਨਹੀਂ ਕਹਿ ਸਕਦੇ ਵੀ ਇਹ ਕਿੰਨੀ ਚੀਜ਼ ਹੈ ਸਿਹਤ ਇਹਨੂੰ ਕਿਵੇਂ ਮਿਣੀ ਹਾਂਜੀ ਇਹ ਦਿੱਕਤ ਬੜੀ ਆਉਂਦੀ ਪਈ ਹੈ ਮੈਡੀਕਲ ਸਾਇੰਸ ਨੂੰ ਇਵਨ ਪੇਨ ਰਿਸਰਚ ਵਿੱਚ ਕਿ ਪੀੜ ਕਿਹੜੀ ਹੈ ਕਿ ਅਲਟੀ ਹਾਲੀ ਤੱਕ ਕੋਈ ਇਹੋ ਜਿਹਾ ਮੈਸਰਮੈਂਟ ਨਹੀਂ ਬਣਿਆ ਕਿ ਜੇ 10 ਮਿੰਟਾਂ ਚੀਜ਼ਾਂ ਮਿੰਕੇ ਜਾਂ 20 ਮਿੰਟਾਂ ਕੇ ਜਾਂ 100 ਮਿੰਟਾਂ ਕੇ ਮੈਨੂੰ ਡਾਕਟਰ ਇਹ ਕਵੇ ਕਿ ਨਹੀਂ ਤੇਰੇ ਅੰਦਰ ਕੋਈ ਪੇਨ ਨਹੀਂ ਹੈਗੀ ਤੇ ਮੈਂ ਕਹੀ ਜਵਾਂ ਕਿ ਨਹੀਂ ਹੈਗੀ ਹੈ ਤੇ ਉਹ ਮੇਰੇ ਇਸ ਆਬਜ਼ਰਵੇਸ਼ਨ ਮੇਰੇ ਐਕਸਪੀਰੀਅੰਸ ਨੂੰ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਪੇਨ ਨੂੰ ਮੈਸਰ ਨਹੀਂ ਕੀਤਾ ਜਾ ਸਕਦਾ ਕਿਸੇ ਆਬਜੈਕਟਿਵ ਤਰੀਕੇ ਨਾਲ ਇੰਜ ਕਿ ਮੈਂ ਤਾਂ ਕਹਾ ਕਿ ਮੈਨੂੰ ਉਹ ਦੱਕਈ ਹੁੰਦੇ ਨੇ ਜਿਨ੍ਹਾਂ ਨੂੰ ਜਿੰਨੀ ਮਰਜ਼ੀ ਤੁਸੀਂ ਪੀਨ ਕਰੀ ਜਾਓ ਸੂਈ ਲਾਜੋ ਉਹਨਾਂ ਨੂੰ ਨਹੀਂ ਮਹਿਸੂਸ ਹੁੰਦੀ ਉਹ ਉਹਦੇ ਬਾਇਓਲੋਜੀਕਲ ਕਾਰਨ ਵੀ ਹੋ ਸਕਦੇ ਨੇ ਸਾਈਕੋਲੋਜੀਕਲ ਵੀ ਸੋ ਪਹਿਲੀ ਗੱਲ ਤੇ ਇਹ ਕਿ ਹੈਲਥ ਦੇ ਮਾਮਲੇ ਵਿੱਚ ਵੀ ਨਾ 셀ਫ ਰੇਟਡ ਹੈਲਥ ਇਹ ਸਾਡਾ ਕਨਸੈਪਟ ਹੈ ਸਾਇੰਸ ਦੇ ਵਿੱਚ ਕਿ ਅਸੀਂ ਆਪਣੀ ਹੈਲਥ ਨੂੰ ਆਪ ਕਿਵੇਂ ਮਿੰਦੇ ਹਾਂ ਅਸੀਂ ਉਹਨੂੰ ਠੀਕ ਕਹਿ ਰਹੇ ਹਾਂ ਕਿ ਨਹੀਂ ਕਹਿ ਰਹੇ ਉਹਦੇ ਲਈ ਫਿਰ ਅੱਗੋਂ ਫਿਰ ਬਣਦੀ ਹੈ ਕਿ ਜੇ ਮਿੰ ਨਹੀਂ ਪੈ ਜਾਵੇ ਤੇ ਫਿਰ ਮਿਣਾਗੇ ਕਿਵੇਂ ਉਹਦੇ ਵਿੱਚ ਮੇਰਾ ਵੀ ਕਾਫੀ ਕੰਮ ਚੱਲਿਆ ਹੋਇਆ ਚੱਲ ਵੀ ਰਿਹਾ ਹੋਇਆ ਹੈ ਕਿ ਅਸੀਂ ਹੈਲਥ ਨੂੰ ਕਿਵੇਂ ਡਿਫਾਈਨ ਕਰੀਏ ਕੱਲ ਗੱਲ ਕੀਤੀ ਸੀ ਇਹ WHO ਦੀ ਡੈਫੀਨੇਸ਼ਨ ਦੀ ਕਿ ਹੈਲਥ ਇਜ਼ ਅ ਕੰਪਲੀਟ ਸਟੇਟ ਆਫ ਫਿਜ਼ੀਕਲ ਮੈਂਟਲ ਐਂਡ ਸੋਸ਼ਲ ਵੈਲਬੀਂਗ ਪਰ ਉਹਦੇ ਚ ਵੈਲਬੀਂਗ ਕਲੀਅਰ ਨਹੀਂ ਹੋਈ ਕਿ ਵੈਲਬੀਂਗ ਕੀ ਹੈ ਫਿਰ ਅਸੀਂ ਬਾਇਓਲੋਜੀ ਵਾਲੇ ਸਾਇੰਸਦਾਨਾਂ ਨੇ ਮੈਡੀਕਲ ਵਾਲਿਆਂ ਨਾਲ ਰਲ ਕੇ ਮੈਂ ਅੱਜ ਤੋਂ ਕੋਈ 8-10 ਸਾਲ ਪਹਿਲੇ ਇੱਕ ਆਰਟੀਕਲ ਲਿਖਿਆ ਸੀ ਕਿ ਡਿਫੀਨੀਸ਼ਨ ਆਫ ਹੈਲਥ ਇਨ ਸਾਇੰਟੀਫਿਕ ਬਾਇਓਲੋਜੀਕਲ ਟਰਮਸ ਉਹਦੀ ਫਿਰ ਉਹਦੀ ਅੱਜ ਤੁਹਾਡੇ ਨਾਲ ਥੋੜੀ ਜਿਹੀ ਗੱਲ ਕਰਦੇ ਆ ਕਿ ਹੈਲਥ ਦੀ ਇੱਕ ਡਿਫੀਨੀਸ਼ਨ ਵਰਤਨ ਲਈ ਫਿਰ ਅਸੀਂ ਇੱਕ ਕਨਸੈਪਟ ਯੂਜ਼ ਕੀਤਾ ਜਿਹੜਾ ਮੈਡੀਕਲ ਤਰੀਕਿਆਂ ਦੇ ਵਿੱਚ ਡਾਕਟਰਾਂ ਦੇ ਕੋਲ ਡੇਲੀ ਚ ਯੂਜ਼ ਕੀਤਾ ਜਾਂਦਾ ਉਹਨੂੰ ਕਹਿੰਦੇ ਨੇ ਐਕਟਿਵ ਐਕਟੀਵਿਟੀਜ਼ ਆਫ ਡੇਲੀ ਲਿਵਿੰਗ ਰੋਜ਼ ਮਰਹਾਰੀ ਜ਼ਿੰਦਗੀ ਦੀਆਂ ਗਤੀਵਿਧੀਆਂ ਉਹ ਕੋਈ 50 60 ਲਿਸਟ ਹੈ ਕੀ ਹੈ ਕਿ ਵੀ ਤੁਸੀਂ ਆਪੇ ਉੱਠ ਕੇ ਆਪਣੇ ਕੱਪੜੇ ਆਪ ਪਾ ਸਕਦੇ ਹੋ ਆਪ ਜਾ ਸਕਦੇ ਹੋ ਟਾਇਲਟ ਦੇ ਵਿੱਚ ਆਪ ਤੁਸੀਂ ਥੋੜੀ ਲੋਕਲ ਸ਼ਾਪਿੰਗ ਕਰਨੀ ਜਾ ਸਕਦੇ ਹੋ ਆਪਣੇ ਕੱਪੜੇ ਆਪ ਬਦਲ ਸਕਦੇ ਹੋ ਆਪਣੀ ਕੁਕਿੰਗ ਕਿੰਨੀ ਕੁ ਕਰ ਸਕਦੇ ਹੋ ਇੰਜ ਨਾਲ 60 70 ਚੀਜ਼ਾਂ ਬਣੀਆਂ ਕਿ ਤੁਸੀਂ ਕੁਰਸੀ 'ਨੋਂ ਕਿੰਨੀ ਵਾਰੀ ਬਗੈਰ ਕੋਈ ਹਸਾਰਾ ਲਿਆ ਉੱਠ ਸਕਦੇ ਹੋ ਜਾਂ ਪੁੰਝੇ ਬੈ ਕੇ ਇਹਨੂੰ ਕਹਿੰਦੇ ਨੇ ਐਕਟੀਵਿਟੀਆਂ ਆਫ ਡੇਲੀ ਲਿਵਿੰਗ ਇਹ ਬੜਾ ਵੈਲ ਨੋਨ ਕਨਸੈਪਟ ਹੈ ਮੈਡੀਕਲ ਸਾਇੰਸਸ ਦੇ ਵਿੱਚ ਜਿਨੂੰ ਡਾਕਟਰ ਵਰਤ ਕੇ ਨਾ ਟਿਕ 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 ਲਾ ਕੇ ਤੇ ਜਾਂ ਫਿਰ ਇੱਕ ਹੈਲਥ ਦੀ ਗੱਲ ਕਰਦੇ ਨੇ ਕਿ ਵੀ ਤੂੰ ਇੰਨਾ ਹੈਲਦੀ ਹੈ ਜਾਂ ਇੱਕ ਇਹਦੇ ਉਲਟਾ ਹੁੰਦਾ ਫਰੇਲਟੀ ਇੰਡੈਕਸ ਕਿ ਤੇਰੇ ਚ ਕਿਹੜੀ ਕਿਹੜੀ ਜੜੀਆਂ ਨੇ ਕਮਜ਼ੋਰੀਆਂ ਨੇ ਹਾਂਜੀ ਕਿ ਫਰੇਲਟੀ ਇੰਡੈਕਸ ਇਹਦਾ ਫਰ ਸ਼ੋ ਕਰਦਾ ਹੈ ਕਿ ਤੁਹਾਨੂੰ ਇਹ ਅਗੂ ਪ੍ਰੋਬਲਮਸ ਕਿਹੜੀਆਂ ਆਉਣ ਵਾਲੀਆਂ ਹੋਣ ਪਰ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਕਿ ਮੇਰਾ ਜ਼ਿਆਦਾ ਰੁਝਾ ਹੈਗਾ ਹੈਲਥ ਬਾਰੇ ਕੋਈ ਪੋਜ਼ਿਟਿਵ ਸੈਂਸ ਲੱਭੜਦਾ ਕੋਈ ਪੋਜ਼ਿਟਿਵ ਸਾਈਨਸ ਲੱਭੜਦਾ ਇਹ ਨਹੀਂ ਕਿ ਹਰ ਚੀਜ਼ ਚ ਪੋਜ਼ਿਟਿਵ ਹੋਣਾ ਠੀਕ ਹੁੰਦਾ ਹਾਂਜੀ ਅਜੇ ਕੋਵਿਡ-19 ਪੋਜ਼ਿਟਿਵ ਹੋਵੋਤੇ ਉਹ ਅੱਜ ਕੱਲ ਕੋਈ ਚੰਗਾ ਤੇ ਨਹੀਂ ਮੰਨਿਆ ਜਾਂਦਾ ਉਹ ਪਰ ਪੋਜ਼ਿਟਿਵ ਦਾ ਕਿਸੇ ਦੂਜੇ ਲੈਵਲ ਦੇ ਉੱਤੇ ਮਤਲਬ ਕਿ ਕੋਈ ਅਸੀਂ ਉਹਨੂੰ ਹੈਲਥ ਨੂੰ ਪੋਜ਼ਿਟਿਵ ਤਰੀਕੇ ਨਾਲ ਕਿਵੇਂ ਮਿਣਾਗੇ ਉਹਦੀ ਫਿਰ ਜਿਹੜੀ ਇੱਕ ਡੈਫੀਨੇਸ਼ਨ ਅਸੀਂ ਕਿ ਤ ਪਹਿਲੇ ਆਈਡੀਅਲ ਡੈਫੀਨੇਸ਼ਨ ਹੈ ਕਿ ਆਈਡੀਅਲ ਸਟੇਟਸ ਜਿਹੜੀ ਹੈ ਨਾ ਉਹ ਹੈ ਕਿ ਐਬਸੋਲੂਟ ਇੰਡੀਪੈਂਡੈਂਸ ਇਨ অর ਐਬਸੋਲੂਟ ਮੈਂਟਲ ਐਂਡ ਫਿਜ਼ੀਕਲ ਇੰਡੀਪੈਂਡੈਂਸ ਇਨ ਐਕਟੀਵਿਟੀਜ਼ ਆਫ ਡੇਲੀ ਲਿਵਿੰਗ ਕਿ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਸਮਾਜ ਬਈ ਮਾਨਸਿਕ ਤੇ ਸਰੀਰਕ ਰੂਪ ਦੀ ਪੂਰੀ ਸੁਤੰਤਰਤਾ ਇਹ ਡਿਪੈਂਡੈਂਸੀ ਦਾ ਕੋਰਸ ਇਹਦੇ ਵਿੱਚ ਆਂਦਾ ਵਾ ਹੁਣ ਸਾਰਾ ਕਨਸੈਪਟ ਕਿ ਐਬਸੋਲੂਟ ਇੰਡੀਪੈਂਡੈਂਸ ਇਨ ਫਿਜ਼ੀਕਲ ਐਂਡ ਮੈਂਟਲ ਐਕਟੀਵਿਟੀਆਂ ਆਫ ਡੇਲੀ ਲਿਵਿੰਗ ਹੁਣ ਇਹ ਜਿਹੜੀ ਹੈਗਾ ਡੈਫੀਨੇਸ਼ਨ ਇਹ ਹੈ ਐਬਸੋਲੂਟ ਆਈਡੀਅਲ ਦੀ ਜੇ ਤੇ ਤੁਸੀਂ ਇਹ ਲੱਭਦੇ ਪਏ ਹੋ ਕਿ ਐਬਸੋਲੂਟਲੀ ਐਂਡ ਹੈਲਥੀ ਹੋਣਾ ਹੈ ਉਹ ਤਾਂ ਨਹੀਂ ਕਿ ਕਦੇ ਹੋ ਸਕੋ ਕਿਉਂਕਿ ਕੋਈ ਐਬਸੋਲੂਟ ਹੈਲਥ ਦੀ ਸਟੇਟ ਇਸ ਡੈਫੀਨੇਸ਼ਨ ਨਾਲ ਨਹੀਂ ਜਪਣ ਕਿਉਂਕਿ ਜਿਉਂ ਹੀ ਮੈਨੂੰ ਇਹ ਐਨਕ ਵਰਤਣੀ ਪਈ ਹੈ ਆਪਣੇ ਆਪ ਨੂੰ ਤੁਹਾਡੇ ਵੱਲ ਦੇਖਣ ਲਈ ਫੋਕਸ 'ਚ ਰੱਖਣ ਲਈ ਮੇਰੀ ਡਿਪੈਂਡੈਂਸੀ ਹੈ ਇਹਦੇ ਉੱਤੇ ਜਿਉਂ ਹੀ ਮੈਨੂੰ ਕੱਪੜੇ ਪਾਣੇ ਪਏ ਨੇ ਆਪਣੇ ਨੂੰ ਸਮਾਜਿਕ ਕਾਰਨ ਕਰਕੇ ਨਹੀਂ ਈਵਨ ਵਾਤਾਵਰਣ ਦੇ ਕਾਰਨ ਕਰਕੇ ਵੀ ਆਪਣੇ ਨੂੰ ਠੰਡ ਤੇ ਗਰਮੀ 'ਚੋਂ ਬਚਾਉਣ ਲਈ ਮੇਰੀ ਡਿਪੈਂਡੈਂਸੀ ਹੈ ਜਿਉਂ ਹੀ ਮੈਨੂੰ ਭੋਜਨ ਦੀ ਲੋੜ ਪੈ ਰਹੀ ਹੈ ਉਹਨੂੰ ਕੋਈ ਪੈਦਾ ਕਰਨ ਵਾਲਾ ਹੋਵੇ ਫਿਰ ਕੋਈ ਅਸੀਂ ਮੈਂ ਬਣਾ ਸਕਾਂ ਫਿਰ ਮੈਂ ਖਾ ਸਕਾਂ ਇਹ ਜਿਹੜੀ ਹੈ ਨਾ ਡੈਫੀਨੇਸ਼ਨ ਐਬਸੋਲੂਟ ਹੈਲਥ ਦੀ ਇਹ WHO ਦੀ ਡੈਫੀਨੇਸ਼ਨ ਵਰਗੀ ਹੋਈ ਹੈ ਕਿ ਸੁਣਨ ਨੂੰ ਚੰਗੀ ਲੱਗਦੀ ਹੈ ਪਰ ਯੂਸਲੈਸ ਕਿਉਂਕਿ ਇਹ ਕਿਸੇ ਪ੍ਰੈਕਟਿਸ 'ਚ ਨਹੀਂ ਆ ਸਕਦੀ ਤੇ ਸਾਨੂੰ ਜਿਹੜੀ ਐਬਸੋਲਿਊਟ ਹੈਲਥ ਦਾ ਜੇ ਦਿਮਾਗ 'ਚ ਸੁਪਨਾ ਵੀ ਹੋਵੇ ਨਾ ਤੇ ਉਹਦੇ ਤੋਂ ਮੁਕਤ ਹੋਣਾ ਚਾਹੀਦਾ ਕਿਉਂਕਿ ਉਹ ਕਦੇ ਨਹੀਂ ਜਿਹਾਨੀ ਕਿਉਂਕਿ ਅਸੀਂ ਇੰਪਰਫੈਕਟ ਬ੍ਰਹਿਮੰਡ ਵਿੱਚ ਰਹਿ ਰਹੇ ਹਾਂ ਉਹਦਾ ਫਿਰ ਰੀਜ਼ਨ ਉੱਥੇ ਹੀ ਆ ਜਾਂਦਾ ਜਦੋਂ ਸਾਡੇ ਆਸ-ਪਾਸੇ ਕੋਈ ਚੀਜ਼ ਪਰਫੈਕਟ ਨਹੀਂ ਤੇ ਹੈਲਥ ਵੀ ਪਰਫੈਕਟ ਦੇ ਨਾਲ ਉਹਦੇ ਨਾਲ ਅਸੀਂ ਪ੍ਰੋਬਲਮ 'ਚ ਨਾ ਪਈਏ ਫਿਰ ਫਿਰ ਰੀਅਲ ਡੈਫੀਨੇਸ਼ਨ ਕੀ ਹੈ ਉਹਨੂੰ ਫਰਸੀ ਕਹਿੰਦੇ ਪ੍ਰੈਗਮੈਟਿਕ ਡੈਫੀਨੇਸ਼ਨ ਪ੍ਰੈਕਟੀਕਲ ਡੈਫੀਨੇਸ਼ਨ ਇਹ ਹੁਣ ਬੜਾਈ ਵੱਡਾ ਆ ਕਨਸੈਪਟ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਕਿ ਉਹਦੀ ਡੈਫੀਨੇਸ਼ਨ ਇੰਗਲਿਸ਼ ਵਿੱਚ ਇਹ ਹੈ ਕਿ ਐਡਿਕੁਏਟ ਫਿਜ਼ੀਕਲ ਐਂਡ ਮੈਂਟਲ ਇੰਡੀਪੈਂਡੈਂਸ ਇਨ ਐਕਟੀਵਿਟੀਆਂ ਆਫ ਡੇਲੀ ਲਿਵਿੰਗ ਹਾਂਜੀ ਹੈ ਤੇ ਫਿਰ ਉਹ ਹੀ ਡਿਪੈਂਡੈਂਸੀ ਤੇ ਇੰਡੀਪੈਂਡੈਂਸ ਦੀ ਗੱਲ ਹੋ ਰਹੀ ਪਰ ਇੱਕ ਲਫ਼ਜ਼ ਇੰਟਰਡਿਊਸ ਹੋਇਆ ਐਡਿਕੁਏਟ ਉਮਰ Google Translation ਚ ਲੱਭਦਾ ਪਿਆ ਹੋ ਸਕਿਆ ਉਹਦੇ ਕੀ ਹੈ ਠੀਕ ਪੰਜਾਬੀ ਚ ਉਹਦਾ ਹੈ ਕਾਫੀ ਉਹ ਕਾਫੀ ਨਹੀਂ ਹੈ ਉਹ ਟੁਕਵਾ ਜਸਰੂਰੀ ਕਿ ਐਡਿਕੁਏਟ ਜਿਹੜਾ ਨਾ ਉਹ ਉਹਦੇ ਵਿੱਚ ਬੜਾ ਹੀ ਫੈਕਟਰ ਨੇ ਕਿ ਕਿਹੜੀ ਚੀਜ਼ ਸਾਡੀ ਕਿਹੜੀ ਉਮਰ ਤੇ ਪੜਾ ਤੇ ਐਡਿਕੁਏਟ ਹੈ ਇਹਦੇ ਵਿੱਚ ਕਨਸੈਪਟ ਆਫ ਕੰਟੈਂਟਮੈਂਟ ਸੰਤੋਸ਼ ਬੜਾ ਗੁਜਾਰਾ ਹੈ ਕਿ ਜੇ ਮੈਂ 80 ਸਾਲ ਦਾ ਜਾਂ 90 ਸਾਲ ਦਾ ਹੋ ਗਿਆ ਤੇ ਹੁਣ ਮੈਂ ਬਹੁਤ ਬੁੱਢਾ ਤੇ ਮੈਨੂੰ ਸਰੀਰਕ ਬਿਮਾਰੀਆਂ ਵੀ ਨੇ ਤੇ ਮੇਰੇ ਲਈ ਐਡਿਕੁਏਟ ਹੈਲਥ ਦੀ ਡੈਫੀਨੇਸ਼ਨ ਸਵੇਰ ਵੇਲੇ ਉੱਠਦੇ ਅਸਾਰ ਪਤਾ ਕੀ ਹੋਏਗੀ ਕਿ ਮੈਂ ਆਪਣੇ ਜਦੋਂ ਮੈਂ ਜਾਗਿਆ ਆਪਣੇ ਬਿਸਤਰੇ ਤੋਂ ਉੱਠ ਕੇ ਟਾਇਲਟ ਤੱਕ ਪੁੱਜ ਸਕਦਾ ਇਨ ਟਾਈਮ ਵੇਲੇ ਸਿਰ ਇਹ ਐਡਿਕੁਏਟ ਹੈ ਕਿ ਮੈਂ ਇਹੀ ਆਪਣੇ ਟਾਇਲਟ ਤੱਕ ਪੁੱਜਣ ਨੂੰ ਵੀ ਪੁੱਜਣ ਜੋਗਾ ਹੋ ਜਾਵਾਂ ਮੇਰੇ ਲਈ ਉਹ ਬੜੀ ਵੱਡੀ ਅਚੀਵਮੈਂਟ ਹੋਏਗੀ ਕਿਉਂਕਿ ਬੜੇ ਫਿਜ਼ੀਕਲ ਲੈਵਲ ਦੇ ਉੱਤੇ ਪ੍ਰੋਬਲਮਸ ਆਉਂਦੀਆਂ ਵਿੱਚ ਬਜ਼ੁਰਗ ਜਿਹੜੇ ਨੇ ਕਈ ਵਾਰ ਘੰਟਿਆਂ ਬੱਧੀ ਹਫ਼ਤਿਆਂ ਬੱਧੀ ਉਡੀਕਦੇ ਨੇ ਕਿ ਉਹਨਾਂ ਨੂੰ ਜਿੰਨੇ ਸਾਫ਼ ਕਰਨਾ ਹੈ ਉਹ ਆਏ ਤੇ ਉਹਨਾਂ ਦੀ ਨੈਪੀ ਵੀ ਚੇਂਜ ਹੋਵੇ ਮੈਂ ਨਹੀਂ ਚਾਹਾਂਗਾ ਮੈਂ ਹੁਣ ਵੀ ਨਹੀਂ 80 ਸਾਲ ਦੀ ਉਮਰ 'ਚ ਚਾਹਾਂਗਾ ਕਿ ਮੈਂ ਕੋਈ ਮੈਰਾਥਨ ਨਾ ਸੁਣੀਆ ਹਾਂਜੀ ਜਾਂ ਮੈਂ ਸਾਡੇ ਦੇਸ਼ ਦੀ ਜਿਹੜੀ ਬੜੀ ਸੁਪਰਸਟਾਰ ਟੈਨਿਸ ਦੀ ਪਲੇਅਰ ਹੈ ਕੈਰੋਲਾਈਨ ਵੋਜ਼ਨੀਆਕੀ ਮੈਂ ਉਹਦੇ ਨਾਲ ਖੇਡਣਾ ਹੈ ਨਹੀਂ ਜੀ ਉਹ ਨਹੀਂ ਹੈ ਮੇਰੇ ਲਈ ਐਡਿਕੁਏਟ ਉਹ ਵੈਡੀਕੁਏਟ ਦਾ ਇਹ ਜਿਹੜਾ ਕਨਸੈਪਟ ਹੈ ਨਾ ਇਹ ਹਰ ਲੈਵਲ ਤੇ ਵੈਸੇ ਪੁੱਛਣਾ ਉਹ ਸਾਰੇ ਸਾਡੀ ਜ਼ਿੰਦਗੀ ਦੇ ਬਾਕੀ ਮਸਲਿਆਂ ਉੱਤੇ ਵੀ ਮੇਰੇ ਕੋਲ ਕਿੰਨਾ ਕੁ ਧਨ ਹੋਵੇ ਉਹ ਐਡਿਕੁਏਟ ਦੀ ਜਿਹੜੀ ਭਾਵਨਾ ਹੈ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਣੇ ਆਪ ਨੂੰ ਤੁਸੀਂ ਡਿਵਾਈਡ ਕਰਨਾ ਹੈ ਕਿ ਮੈਂ ਜੇ ਤੁਰਨ ਜਾਣਾ ਚਾਹੁੰਦਾ ਪਰ ਮੈਥੋਂ ਤੁਰਿਆ ਨਹੀਂ ਜਾਂਦਾ ਤੇ ਮੈਂ ਇਹੀ ਮੰਨ ਕੇ ਬਹਿ ਜਾਵਾਂ ਕਿ ਵੀ ਠੀਕ ਹੈ ਮੈਂ ਨਹੀਂ ਜਾ ਸਕਦਾ ਨਹੀਂ ਉਹਦੇ ਲਈ ਫਿਰ ਜੇ ਕੋਈ ਮੈਨੂੰ ਸੁਵਿਧਾ ਦੀ ਲੋੜ ਹੈ ਮੈਨੂੰ ਕੋਈ ਸੋਟੀ ਦੀ ਲੋੜ ਹੈ ਮੈਨੂੰ 휠ਚੇਅਰ ਦੀ ਲੋੜ ਹੈ ਤੇ ਮੈਂ ਉਹਨੂੰ ਵਰਤਾਂ ਜੀ ਵੀ ਮੈਂ ਆਪਣੀ ਸ਼ੂਗਰ ਨੂੰ ਕੰਟਰੋਲ ਕਰਨ ਲਈ ਵਰਤਦਾ ਹੀ ਆ ਨਾ ਮੈਟਫੋਰਮਿਨ ਜਦੋਂ ਮੇਰੀ ਅੱਖਾਂ ਦਾ ਫੋਕਸ ਜਿਹੜਾ ਕਿ 20-25 ਸਾਲ ਦੇ ਵਿੱਚ ਹੀ ਖਰਾਬ ਹੋਣਾ ਸ਼ੁਰੂ ਹੋਇਆ ਉਹਨੂੰ ਵਰਤਦਾ ਹੀ ਆ ਨਾ ਅਸੀਂ ਐਨਕਾ ਉਹਦੇ ਵਿੱਚ ਫਿਰ ਇਹ ਸ਼ਰਮ ਕਾਦੀ ਕਿ ਵੀ ਮੈਂ ਵਰਤਣੀ ਨਹੀਂ ਟੈਕਨੋਲੋਜੀ ਮੈਂ ਮੰਨਣੀ ਨਹੀਂ ਕਿ ਮੇਰੇ 'ਚ ਐ ਹੁਣ ਡਿਪੈਂਡੈਂਸੀ ਆ ਗਈ ਹੈ ਏਜਿੰਗ ਦੀ ਸਬਟ ਆਫ ਵੱਡੀ ਜਿਹੜੀ ਇਹ ਦਹਿਸ਼ਤ ਵੀ ਲੱਗਦੀ ਆ ਨਾ ਇਹੀ ਮੇਰੇ ਕੁਝ ਦੋਸਤਾਂ ਦੇ ਕੱਲ ਦੇ ਰਿਸਪਾਂਸ ਵਿੱਚ ਵੀ ਆਇਆ ਕਿ ਏਜਿੰਗ ਦੇ ਨਾਲ ਵੱਧ ਰਹੀ ਡਿਪੈਂਡੈਂਸੀ ਜਿਹੜੀ ਹੈ ਨਾ ਉਹ ਬੜਾ ਡਰਾਉਂਦੀ ਹੈ ਪਰ ਉਹ ਡਿਪੈਂਡੈਂਸੀ ਨੂੰ ਇੰਡੀਪੈਂਡੈਂਸ ਹੋਣ ਦੀ ਲੋੜ ਤੇ ਹੈਗੀ ਹੈ ਪਰ ਕਿੰਨਾ ਕੁ ਐਬਸੋਲੂਟਲੀ ਨਹੀਂ ਐਡਿਕੁਏਟਲੀ ਕਿਹੜੀ ਉਮਰ ਦੇ ਵਿੱਚ ਮੈਨੂੰ ਕਿੰਨੀ ਕੁ ਮੇਰੀ ਇੰਡੀਪੈਂਡੈਂਸ ਆਫ ਫਿਜ਼ੀਕਲ ਐਂਡ ਮੈਂਟਲ ਇੰਡੀਪੈਂਡੈਂਸ ਇਨ ਐਕਟਿਵिटीज ਆਫ ਡੇਲੀ ਲੀਵਿੰਗ ਰੋਜ਼ ਮਰਦੀ ਜ਼ਿੰਦਗੀ ਚ ਮੈਨੂੰ ਕਿਹੜੀਆਂ ਚੀਜ਼ਾਂ ਇੰਡੀਪੈਂਡੈਂਟ ਹੋਣ ਚ ਮਦਦ ਕਰਦੀਆਂ ਨੇ ਦਵਾਈਆਂ ਕਰਨਗੇ ਆ ਟੈਕਨੋਲੋਜੀ ਕਰੇਗੀ ਜੀ ਜੇ ਤੁਹਾਡੀ ਸੁਣਨ ਦੀ ਸ਼ਕਤੀ ਥੋੜੀ ਘਟ ਰਹੀ ਹੈ ਤੇ ਹੀਰਿੰਗ ਐਡ ਕਰੇਗੀ ਉਹਦੇ ਚ ਕੀ ਸ਼ਰਮ ਜਿਹੜੀਆਂ ਚੀਜ਼ਾਂ ਨਾਲ ਦਿੱਕਤ ਹੋ ਰਹੀ ਐ ਸੇ ਕਈ ਤੇ ਚੀਜ਼ਾਂ ਨੇ ਕਿ ਜਿਨ੍ਹਾਂ ਨਾਲ ਦਿੱਕਤ ਕੋਈ ਨਹੀਂ ਹੁੰਦੀ ਚੁਰੜੀਆਂ ਜਿਹੜੀਆਂ ਨੇ ਉਹ ਕੋਈ ਬਿਮਾਰੀ ਤੇ ਨਹੀਂ ਨਾ ਹੈਗੀਆਂ ਉਹਦੇ ਨਾਲ ਕੋਈ ਬੋਡੀਲੀ ਫੰਕਸ਼ਨ ਦੇ ਉੱਤੇ ਫਰਕ ਨਹੀਂ ਪੈਂਦਾ ਪਰ ਅਸੀਂ ਕਰੋੜਾਂ ਅਰਬਾਂ ਡਾਲਰ ਖਰਚਦੇ ਆ ਉਹਦੇ ਉੱਤੇ ਕਿ ਚੁਰੜੀਆਂ ਨੂੰ ਲਾਣਾ ਉਹ ਸਮਾਜਿਕ ਬਿਮਾਰੀ ਐ ਕਿ ਅਸੀਂ ਬੁੱਢੇ ਦਿਸਣਾ ਨਹੀਂ ਚਾਹੁੰਦੇ ਚਿੱਟੇ ਵਾਲ ਆਪਣੇ ਆਪ ਦੇ ਵਿੱਚ ਕੋਈ ਪ੍ਰੋਬਲਮ ਤੇ ਨਹੀਂ ਨਾ ਦੇ ਰਹੇ ਪਰ ਉਹ ਬਿਮਾਰੀ ਨਹੀਂ ਐ ਉਹ ਕੰਡੀਸ਼ਨ ਐ ਪਰ ਅਸੀਂ ਉਹਨੂੰ ਵਰਤਦੇ ਆ ਤੁਹਾਨੂੰ ਜੇ ਵਰਤਣ ਦੇ ਤੁਹਾਨੂੰ ਲੋੜ ਮਹਿਸੂਸ ਹੁੰਦੀ ਐ ਜੰਮ ਜੰਮ ਵਰਤੋ ਹਾਂਜੀ ਉਦੋਂ ਨਾਲ ਤੁਹਾਨੂੰ ਆਪਣੇ ਮਨ ਨੂੰ ਚੈਨ ਮਿਲੇਗਾ ਇਹ ਭੁੱਲ ਜਾਓ ਕਿ ਦੂਜਿਆਂ ਨੂੰ ਵੀ ਪਤਾ ਕਿ ਤੁਸੀਂ ਵਰਤਦੇ ਪਏ ਹੋ ਹਾਂਜੀ ਪਰ ਉਹਦੇ ਵਿੱਚ ਉਹ ਸਮਾਜਿਕ ਕਾਰਨ ਫੇਰ ਆ ਜਾਂਦੇ ਇਹ ਜਿਹੜੀ ਡੈਫੀਨੇਸ਼ਨ ਆਫ ਹੈਲਥ ਹੈ ਨਾ ਐਡਿਕੁਏਟ ਕਿ ਜਿਹੜੀ ਢੁਕਵੀ ਉਹ ਐਡਿਕੁਏਟ ਦਾ ਹੋਰ ਕੋਈ ਪੰਜਾਬੀ ਲਫ਼ਜ਼ ਮੈਨੂੰ ਚੰਗਾ ਦੱਸਣਾ ਕਿ ਜਿਹੜਾ ਜਿਹੜੀ ਇਸ ਗੱਲ ਨੂੰ ਐਕਸਪਲੇਨ ਕਰੇ ਕਿ ਉਮਰ ਦੇ ਪੜਾਅ ਦੇ ਅਨੁਸਾਰ ਸਾਡੀ ਲੋੜਾਂ ਸਾਡੀਆਂ ਇੱਛਾਵਾਂ ਉਹਦੇ ਨਾਲ ਉੱਪਰ ਥੱਲੇ ਜਾਂਦੀਆਂ ਤੇ ਸਾਨੂੰ ਜੇ ਇਹ ਪਛਾਣ ਹੋ ਜਾਏ ਕਿ ਕਿਹੜੀ ਸਟੇਜ ਤੇ ਕਿਹੜੇ ਪੜਾਅ ਤੇ ਸਾਡੀ ਕਿਹੜੀ ਐਡਿਕੁਏਟ ਨੀਡ ਹੈ ਉਹ ਸਾਨੂੰ ਹੈਲਦੀ ਬਣਾਉਂਦੀ ਹੈ ਸੋ ਆਪਣੀ ਹੈਲਥ ਨੂੰ ਐਡਿਕੁਏਟ ਲੈਵਲ ਤੇ ਐਕਸੈਪਟ ਕਰਨਾ ਪਛਾਣਨਾ ਉਹਦੇ ਵਿੱਚ ਆਪਣੀਆਂ ਕਮੀਆਂ ਨੂੰ ਵੀ ਸਵੀਕਾਰ ਕਰਨਾ ਤੇ ਆਪਣੀਆਂ ਇੱਛਾਵਾਂ ਨੂੰ ਵੀ ਵਿਵਹਾਰਨ ਦੇ ਲਈ ਤਿਆਰ ਕਰਨਾ ਕਿ ਉਹਦੇ ਲਈ ਫਿਰ ਜੋ ਲੋੜ ਚਾਹੀਦੀ ਹੈ ਉਹ ਲੋੜ ਮਿਲੇ ਹਾਂਜੀ ਉਸ ਤੋਂ ਅਗਲੀ ਫਿਰ ਗੱਲ ਆਉਂਦੀ ਹੈ ਕੁਆਲਿਟੀ ਆਫ ਲਾਈਫ ਕਿ ਸਾਰਾ ਕੁਝ ਹੁੰਦੇ ਸੁੰਦੇ ਵੀ ਮੈਂ ਰੋਈ ਪੱਟੀ ਜਾਵਾਂ ਤੇ ਗੱਲ ਵੱਖਰੀ ਹੈ ਜੀ ਮੈਨੂੰ ਜਿੰਨੇ ਮਰਜੀ ਸਾਇੰਸਦਾਨ ਮਿਲ ਕੇ ਕਹੀ ਜਾ ਕਿ ਨਹੀਂ ਤੂੰਰਾ ਇਹ ਵੀ ਠੀਕ ਹੈ ਇਹ ਵੀ ਠੀਕ ਹੈ ਸਾਰੀਆਂ ਐਕਟੀਵਿਟੀਜ਼ ਆਫ ਡੇਲੀ ਲਿਵਿੰਗ ਵੀ ਠੀਕ ਹੈ ਮੈਂ ਫੇਰ ਵੀ ਕਲਪੀ ਜਾਵਾਂ ਉਹ ਮੇਰਾ ਫਿਰ ਆਪਣੇ ਟੈਂਪਰਾਮੈਂਟ ਦੇ ਉੱਤੇ ਆਪਣੇ ਕਈ ਹੋਰ ਕਾਰਨਾਂ ਤੇ ਆ ਸਕਦਾ ਵੈ ਪਰ ਇਹਨੂੰ ਅਸੀਂ ਬਹਾਨੇ ਦੇ ਰੂਪ ਚ ਨਹੀਂ ਵਰਤ ਸਕਦੇ ਕਿ ਕਿਸੇ ਦੂਜੇ ਦੀ ਜੇ ਕੋਈ ਪ੍ਰੋਬਲਮ ਹੈਗੀ ਹੈ ਤੁਹਾਨੂੰ ਕਹੀ ਨਹੀਂ ਤੇਰਾ ਤੇ ਟੈਂਪਰਾਮੈਂਟ ਹੈਂ ਜੇ ਤੂੰ ਇੰਜ ਨਹੀਂ ਨਹੀਂ ਉਹ ਦੋਵੇਂ ਚੀਜ਼ਾਂ ਦਾ ਮਿਸਤਾਕ ਪਰ ਕੁਆਲਿਟੀ ਆਫ ਲਾਈਫ ਜਿਹੜੀ ਹੈ ਨਾ ਉਹ ਬੜਾ ਇੰਪੋਰਟੈਂਟ ਕਨਸੈਪਟ ਹੈ ਜਿਵੇਂ ਸਾਇੰਸਦਾਨ ਸਟੀਫਨ ਹਾਕਿੰਗ ਜਿਹੜਾ ਪਿਛਲੇ ਸਾਲ ਫਾਜ਼ੀ ਦੇਖਦੇ ਉਹ ਪਿਛਲੇ ਆਪਣੇ ਜਿੰਦਗੀ ਦੇ ਕੋ 40 ਸਾਲ ਤੋਂ ਵੀ ਵੱਧ ਉਸ ਇੱਕ ਮਸ਼ੀਨ ਵੀਲ ਚੇਅਰ ਚ ਬੈਠਾ ਰਿਹਾ ਆਪਣ ਮਸ਼ੀਨ ਦੇ ਰਾਹੀਂ ਬੋਲਦਾ ਸੀ ਸਾਡੇ ਹਿਸਾਬ ਸਿਰ ਉਹਦੀ ਕੁਆਲਿਟੀ ਆਫ ਲਾਈਫ ਜ਼ੀਰੋ ਸੀ ਜਾਂ ਨੈਗੇਟਿਵ ਸੀ ਪਰ ਜੋ ਉਹਦੀ ਕੁਆਲਿਟੀ ਆਫ ਲਾਈਫ ਤੇ ਕੰਟ੍ਰਿਬਿਊਟ ਕੀਤਾ ਫਿਜ਼ਿਕਸ ਦੇ ਥੌਟ ਦੇ ਵਿੱਚ ਆਈਡੀਆਜ਼ ਵਿੱਚ ਗ੍ਰੇਟੈਸਟ ਥਿੰਕਰਸ ਸੀ ਸਾਡੇ ਮਾਡਰਨ ਟਾਈਮਸ ਦਾ ਇਹ ਫਰਕ ਪੈਂਦਾ ਸੋ ਉਹ ਕੁਆਲਿਟੀ ਆਫ ਲਾਈਫ ਨੂੰ ਪਛਾਣਨਾ ਉਹਦੀਆਂ ਫੇਰ ਗੱਲਾਂ ਕਰਾਂਗੇ ਉਹ ਮੈਂ ਦੂਜੀ ਇੱਕ ਕਿਤਾਬ ਵੀ ਅਗਲੀ ਵਾਰ ਸ਼ਾਇਦ ਇੰਟਰਡਿਊਸ ਕਰਾਂਗਾ ਕਿ ਜਿਹਦੇ ਵਿੱਚ ਬਾਬਾ ਕਿੱਥੇ ਗਏ ਚ ਇਹੋ ਜੀਆਂ ਗੱਲਾਂ ਜ਼ਿਆਦਾ ਹੋਈਆਂ ਪਰ ਅੱਜ ਦੀ ਗੱਲ ਇੱਥੋਂ ਤੱਕ ਕਿ ਐਬਸੋਲੂਟ ਹੈਲਥ ਇਜ਼ ਅ ਨੌਂਸੈਂਸ ਕਨਸੈਪਟ ਐਡਿਕੁਏਟ ਹੈਲਥ ਉਸ ਸਾਡੇ ਕਾਲ ਪੋਸੀਬਲ ਵੀ ਹੈ ਤੇ ਹੋਰ ਵੀ ਉਹਦੇ ਤਰੀਕੇ ਬਣ ਗਏ ਪੋਸੀਬਲ ਹੋਣ ਦੇ ਤੇ ਉਹਨਾਂ ਤਰੀਕਿਆਂ ਨੂੰ ਕੀ ਜਿਹੜੇ ਤਰੀਕੇ ਹੈਗੇ ਨੇ ਕਿਹੜੇ ਠੀਕ ਨੇ ਕਿਹੜੇ ਗਲਤ ਨੇ ਉਹਦੀ ਗੱਲ ਹੁਣ ਕੱਲ ਤੋਂ ਅੱਗੇ ਵਧਾਵਾਂਗੇ ਕਿ ਕਿ ਤੁਹਾਨੂੰ ਜਿਹੋ ਜੀ ਹੈਲਥ ਚਾਹੀਦੀ ਹੈ ਉਹਦੇ ਲਈ ਤੁਸੀਂ ਕੀ ਕੁਝ ਕਰ ਸਕਦੇ ਹੋ ਉਹਦੇ ਵਿੱਚ ਹਾਂ ਜੇ ਤੁਹਾਨੂੰ ਹੈਲਥ ਚਾਹੀਦੀ ਹੈ ਐਬਸੋਲਿਊਟ ਹੈਲਥ ਦਾ ਵੈਮ ਤੇ ਇਮੋਰਟੈਲਿਟੀ ਦਾ ਉਹ ਵੀ ਕਰ ਲਾਂਗੇ ਗੱਲਬਾਤ ਪਰ ਅੱਜ ਅਸੀਂ ਇਹ ਕਨਸੈਪਟ ਕਿ ਹੈਲਥ ਇਜ਼ ਦਾ ਐਡਿਕੁਏਟ ਇੰਡੀਪੈਂਡੈਂਸ ਮੈਂਟਲ ਐਂਡ ਫਿਜ਼ੀਕਲ ਇੰਡੀਪੈਂਡੈਂਸ ਇਨ ਐਕਟੀਵਿਟੀਜ਼ ਆਫ ਡੇਲੀ ਲਿਵਿੰਗ ਠੀਕ ਹੈ ਜੀ ਅੱਜ ਦੀ ਗੱਲਬਾਤ ਇੰਨੀ ਕੁ ਬਸ ਕੱਲ ਫੇਰ ਮਿਲਾਂਗੇ ਅੱਜ ਕੀ ਮੁਲਾਕਾਤ ਬਸ ਇਤਨੀ